ਤੇ ਇੱਕ ਦੇਖਿਆ ਨਾ ਕੁੱਤਾ ਸਕੂਲ ਦੇ ਅੱਗੇ ਮਰਿਆ ਪਿਆ ਸੀ। ਪਰ ਜਦੋਂ ਮੈਂ ਦੁਬਾਰੇ ਸ਼ਾਮ ਨੂੰ ਵਾਪਸ ਆਇਆ 6 ਵਜੇ ਹੋਏ, ਉਹ ਕੁੱਤਾ ਉੱਥੇ ਹੀ ਪਿਆ ਸੀ ਅਤੇ ਕਹੀ ਮੰਗ ਕੇ ਨਾ ਮੈਂ ਇੱਥੇ ਟੋਆ ਪੱਟਿਆ ਅਤੇ ਉਹ ਕੁੱਤਾ ਦੱਬਤਾ। ਫਿਰ ਮੈਂ ਕਹੀ ਪੱਕੀ ਰੱਖਣ ਲੱਗ ਗਿਆ। ਬੜਾ ਮਜ਼ਾਕ ਦੇ ਪਾਤਰ ਵਿੱਚ ਸਮਝਿਆ ਲੱਗਦਾ ਕਹੀ ਅਠਾਣੇ ਦਰ ਜਾਂਦਾ। ਗਾਵਾਂ ਦਾ ਵੀ ਕਈ ਵਾਰ ਐਕਸੀਡੈਂਟ ਹੋਇਆ, ਕਈ ਵਾਰ ਤਾਂ ਜਿਉਂਦੀਆਂ ਬੈਠੀਆਂ ਹੁੰਦੀਆਂ ਨੇ, ਉਹ ਅਸੀਂ ਕਈ ਵਾਰ ਹਸਪਤਾਲ ਦੇ ਵਿੱਚ ਵੀ ਭੇਜ ਦਿੰਦੇ ਹਾਂ। ਹੁਣ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਨਾ ਪਿੰਡ ਕੋਲ ਕੋਈ ਬੰਦਾ ਕੁੱਤੀ ਬੰਨ ਗਿਆ, ਉਹਦੇ 6 ਕਤੂਰੇ ਸੀਗੇ। ਤਾਂ 1-2 ਬੰਦੇ ਨੇ ਵਿੱਚ ਕਮੈਂਟ ਵੀ ਕੀਤੇ, ਬਾਈ ਵੀਡੀਓ ਬਣਾਉਣ ਦੇ ਮਾਰੇ ਤੁਸੀਂ ਦੁੱਧ ਪਾਉਣੇ ਕਰ ਦਿਓ। ਮੈਂ ਕੁੱਤੀ ਵਾਸਤੇ 1 ਕਿਲੋ ਦੁੱਧ ਮੁੱਲ ਲਾਇਆ ਡੈਰੀ 'ਚ, ਮੇਰੇ ਕੋਲ ਡੰਗਰ ਪਸ਼ੂ ਨੇਗਾ ਵੀ ਉਹ ਬੱਚਿਆਂ ਦੀ ਮਾਂ ਹੈ ਜਾਂ ਬੱਚੇ ਪਲ ਜਾਣ। ਇਹ ਵੀ ਭੁੱਖਾ ਬੈਠਾ ਵਿਚਾਰਾ ਨਾ, ਉਹ ਪਾਈ ਦੇ ਵਿਚਾਰੇ ਨੂੰ ਯਾਰਾ, ਇਹਦੇ ਕਰਮ ਜਗ੍ਹਾ ਨੇ ਖਾ ਲੂਗਾ। ਲੈ ਬਈ, ਜਿਹੜਾ ਇਹ ਸੋਸ਼ਲ ਵਰਕ ਹੈ, ਵੈਸੇ ਤਾਂ ਚਲੋ ਤੁਹਾਡੀ ਡਿਊਟੀ ਵੀ ਇਸ ਤਰ੍ਹਾਂ ਦੀ ਹੈ ਵੀ ਉਹ ਜ਼ਰੂਰੀ ਡਿਊਟੀਆਂ 'ਚ ਹੀ ਆਉਂਦੀ ਹੈ, ਇਸ ਤਰ੍ਹਾਂ ਦਾ ਵਰਕ ਪੰਜਾਬ ਪੁਲਿਸ ਦੇ ਅਧਿਕਾਰੀ ਜਾਂ ਮੁਲਾਜ਼ਮ ਬਹੁਤ ਘੱਟ ਦੇਖਿਆ ਗਿਆ ਹੈ ਨਾ, ਅਤੇ ਤੁਹਾਡੀ ਇਹ ਲਗਨ ਕਿਵੇਂ ਪੈਦਾ ਹੋਈ? 2018 ਦੇ ਵਿੱਚ ਮੈਂ ਡਿਊਟੀ 'ਤੇ ਜਾ ਰਿਹਾ ਸੀ ਅਤੇ ਇੱਕ ਦੇਖਿਆ ਨਾ ਕੁੱਤਾ ਸਕੂਲ ਦੇ ਅੱਗੇ ਮਰਿਆ ਪਿਆ ਸੀ। ਜਿੱਦਾਂ ਲੋਕ ਲੰਘਦੇ ਆ ਆਪਾਂ ਵੀ ਉੱਦਾਂ ਹੀ ਨੱਕ 'ਤੇ ਹੱਥ ਰੱਖਿਆ, ਆਪਾਂ ਵੀ ਲੰਘੇ। ਪਰ ਜਦੋਂ ਮੈਂ ਦੁਬਾਰੇ ਸ਼ਾਮ ਨੂੰ ਵਾਪਸ ਆਇਆ 6 ਵਜੇ ਹੋਏ, ਉਹ ਕੁੱਤਾ ਉੱਥੇ ਹੀ ਪਿਆ ਸੀ। ਉਹਦੇ ਵਿੱਚੋਂ ਬਦਬੂ ਇੰਨੀ ਮਾਰ ਰਹੀ ਸੀ ਵੀ ਹੱਦੋਂ ਵੱਧ। ਮੈਂ ਸੋਚਿਆ ਵੀ ਯਾਰ ਜੇ ਮੈਂ ਲੋਕ ਲੰਘਦੇ ਨੇ ਆਪਾਂ ਨਮਕੀ ਜਾਂਦੇ ਹਾਂ। ਮੈਂ ਉੱਥੋਂ ਨਾਲ ਦੇ ਘਰ ਦੇ ਕਹੀ ਮੰਗੀ ਅਤੇ ਕਹੀ ਮੰਗ ਕੇ ਨਾ ਮੈਂ ਇੱਥੇ ਟੋਆ ਪੱਟਿਆ ਅਤੇ ਉਹ ਕੁੱਤਾ ਦੱਬਤਾ। ਉਹ 'ਚ ਸਮੈਲ ਬਹੁਤ ਜ਼ਿਆਦਾ ਮਾਰਦੇ ਸੀ। ਉਹ ਬੰਦਾ ਕਹਿੰਦਾ ਵੀ ਯਾਰ ਤੇਰੀ ਯੂਨੀਫਾਰਮ ਪਾਈ ਹੋਈ ਆ ਪੁਲਿਸ ਦੀ, ਅਤੇ ਇੱਦਾਂ ਵੀ ਚੰਗਾ ਨਹੀਂ ਲੱਗਦਾ। ਮੈਂ ਦੇਖੋ ਵੀ ਹੁਣ ਇੱਥੇ ਬੱਚਿਆਂ ਦਾ ਸਕੂਲ ਲੱਗਦਾ ਨਾ, ਸਮੈਲ ਮਾਰਦੀ ਆ, ਕੋਈ ਬੱਚਾ ਬਿਮਾਰ ਹੋਊਗਾ। ਅਤੇ ਉਹਨੂੰ ਮੈਂ ਟੋਆ ਦੱਬਣ ਤੋਂ ਬਾਅਦ ਜੀ ਉੱਥੋਂ ਮੈਂ ਚਲਿਆ ਗਿਆ। ਦੂਜੇ ਦਿਨ ਸਵੇਰੇ ਮੈਂ ਜਦੋਂ ਫਿਰ ਡਿਊਟੀ ਆਇਆ ਅਤੇ ਇੱਕ ਕੁੱਤਾ ਮੈਨੂੰ ਫਿਰ ਮਿਲ ਗਿਆ, ਅਤੇ ਫਿਰ ਮੈਂ ਉੱਥੋਂ ਕਿਸੇ ਦੀ ਕਹੀ ਮੰਗੀ। ਕਹੀ ਮੰਗ ਕੇ ਜਦੋਂ ਦੱਬ ਕੇ ਮੈਂ ਫਿਰ ਰਸਤੇ ਤੁਰੇ ਜਾਂਦੇ ਨੇ, ਸੋਚਿਆ ਵੀ ਯਾਰ ਇਹ ਤਾਂ ਹੁਣ ਕੰਮ ਰੂਟੀਨ ਦੇ ਹੋ ਗਿਆ ਇੱਕ ਤਰ੍ਹਾਂ ਦਾ ਨਾ। ਮੋਟਰਸਾਈਕਲ 'ਤੇ ਮੈਂ ਉੱਥੇ ਸਟੈਂਡ ਬਣਾ ਲਿਆ ਪੂਰਾ ਵਧੀਆ, ਫਿਰ ਮੈਂ ਕਹੀ ਪੱਕੀ ਰੱਖਣ ਲੱਗ ਗਿਆ। ਹੁਣ ਤੱਕ ਮੈਨੂੰ ਇਹ ਨਹੀਂ ਪਤਾ ਵੀ ਮੈਂ ਕਿੰਨੇ ਕੁ ਕੁੱਤੇ ਦੱਬਤੇ, ਕਿੰਨੇ ਕੁ ਬਿੱਲੇ ਦੱਬਤੇ, ਹੈ ਨਾ, ਜਾਂ ਕੋਈ ਸੜਕ 'ਤੇ ਟੋਆ ਵੱਡਾ ਨਾ ਵੀ ਦੁਨੀਆ ਲੰਘਦੀ ਹੈ। ਮਤਲਬ ਕਹੀ ਤੁਹਾਡੇ ਕੋਲ 24 ਘੰਟੇ ਹੀ ਹੁੰਦੀ ਹੈ? ਕਹੀ 24 ਘੰਟੇ ਜੀ। ਕਹੀ ਜੇ ਮੈਂ ਜੇ ਕਾਰ ਲੈ ਕੇ ਜਾਵਾਂ ਅਤੇ ਮੋਟਰਸਾਈਕਲ 'ਤੇ ਹਰ ਟਾਈਮ 24 ਘੰਟੇ ਹੁੰਦੀ ਹੈ। ਅਤੇ ਬੜਾ ਮਜ਼ਾਕ ਦੇ ਪਾਤਰ ਵਿੱਚ ਸਮਝਿਆ ਲੱਗਦਾ ਕਹੀ ਅਠਾਣੇਦਾਰ ਜਾਂਦਾ, ਵੈਸੇ ਮੈਨੂੰ ਕਹੀ ਅਠਾਣੇਦਾਰ ਕਹਿੰਦੇ ਆ ਜ਼ਿਆਦਾਤਰ। ਪਰ ਜਦੋਂ ਮੇਰਾ ਡਿਪਾਰਟਮੈਂਟ ਮੇਰੇ ਨਾਲ ਆ, ਮੇਰਾ ਪਰਿਵਾਰ ਮੇਰੇ ਨਾਲ ਹੈ, ਤਾਂ ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕਿਉਂਕਿ ਲੋਕਾਂ ਦਾ ਬਾਬਾ ਨਾਨਕ ਨੂੰ ਵੀ ਬਖਸ਼ਿਆ, ਆਪਾਂ ਕਿਹੜੇ ਖੇਤੀ ਮੋੜੀ ਹਾਂ ਜੀ। ਹੁਣ ਵੀ ਮੈਂ ਗੱਡੀ ਲੈ ਕੇ ਆਇਆ ਅਤੇ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਹੁਣ ਵੀ ਪਿੱਛੇ ਕਹੀ ਪਈ ਹੈ। ਚਲੋ ਬਾਕੀ ਹੁਣ ਇੰਨਾ ਜ਼ਰੂਰ ਹੋ ਗਿਆ ਵੀ ਲੋਕ ਦੇਖਦੇ ਨੇ, ਲੋਕ ਪਿਆਰ ਦਿੰਦੇ ਨੇ ਨਾ ਮੈਨੂੰ, ਲੋਕ ਵੀਡੀਓ ਬਣਾ ਕੇ ਭੇਜ ਦਿੰਦੇ ਨੇ, ਬਾਈ ਜੀ ਅਸੀਂ ਤੁਹਾਨੂੰ ਦੇਖਦੇ ਹਾਂ, ਅਸੀਂ ਵੀਡੀਓ ਬਣਾ ਕੇ ਤੁਹਾਨੂੰ ਭੇਜੀ ਹੈ, ਸਾਡੀ ਵੀਡੀਓ ਫੇਸਬੁੱਕ 'ਤੇ ਪਾ ਦਿਓ ਵੀ ਲੋਕ ਦੇਖਣ ਵੀ ਹਾਂ ਚੰਗਾ ਕੰਮ ਕਰ ਰਹੇ ਨੇ। ਕਈ ਵਾਰ ਹੁਣ ਜਿਵੇਂ ਗਾਵਾਂ ਬਾਈ ਬਹੁਤ ਅਵਾਰਾ ਫਿਰਦੀਆਂ ਨੇ ਨਾ, ਉਹਨਾਂ ਗਾਵਾਂ ਦਾ ਵੀ ਕਈ ਵਾਰ ਐਕਸੀਡੈਂਟ ਹੋਇਆ, ਕਈ ਵਾਰ ਤਾਂ ਜਿਉਂਦੀਆਂ ਬੈਠੀਆਂ ਹੁੰਦੀਆਂ ਨੇ, ਉਹ ਅਸੀਂ ਕਈ ਵਾਰ ਹਸਪਤਾਲ ਦੇ ਵਿੱਚ ਵੀ ਭੇਜ ਦਿੰਦੇ ਹਾਂ, ਕਿਉਂ ਡਾਕਟਰਾਂ ਨਾਲ ਕੰਟੈਕਟ ਹੈਗਾ। ਜਿਹੜੀ ਗਾਂ ਕਿਤੇ ਮਰੀ ਪਈ ਹੈ ਤਾਂ ਅਸੀਂ JCB ਵਾਲੇ ਨੂੰ ਬੁਲਾ ਲੈਂਦੇ ਹਾਂ। 1-2 ਵਾਰੀ ਤਾਂ ਮੈਂ ਖਰਚਾ ਦਿੱਤਾ JCB ਨੇ 500-700 ਰੁਪਈਆ। 1-2 ਵਾਰੀ ਜੋ ਫਿਰ ਫੋਨ ਕੀਤਾ, ਉਹ ਕਹਿੰਦੇ ਵੀ ਜਦੋਂ ਯਾਰ ਤੂੰ ਟਾਈਮ 'ਚੋਂ ਟਾਈਮ ਕੱਢ ਕੇ ਤੇਰੇ ਯੂਨੀਫਾਰਮ ਪਾਈ ਹੋਈ ਆ ਪੁਲਿਸ ਦੀ, ਤੂੰ ਕੰਮ ਕਰ ਸਕਦਾ, ਸਾਨੂੰ ਕਿੱਡੀ ਗੱਲ ਵੱਡੀ ਗੱਲ ਹੈ, ਤਾਂ ਉਹ ਵੀ ਬਾਈ ਫ੍ਰੀ 'ਚ ਕੰਮ ਕਰ ਦਿੰਦੇ ਨੇ। ਤਾਂ ਇਹ ਫਿਰ ਟਾਈਮ ਕਿਵੇਂ ਕੱਢਦੇ ਹੋ? ਜਿਹੜਾ ਇਹ ਹੁੰਦਾ ਵੀ ਉਦੋਂ ਤੁਸੀਂ ਡਿਊਟੀ 'ਤੇ ਜਾਣਾ, ਕੋਈ ਐਮਰਜੈਂਸੀ ਵੀ ਹੋ ਸਕਦੀ ਹੈ, ਉਦੋਂ ਤੁਹਾਨੂੰ ਵਿੱਚ ਕੋਈ ਜਾਨਵਰ ਮਿਲ ਗਿਆ, ਜ਼ਖਮੀ ਆ ਜਾਂ ਮਰਿਆ ਹੋਇਆ? ਦੇਖੋ ਕੋਈ ਵੀ ਗੱਲ ਹੈ ਬਾਈ ਜੀ, ਜਦੋਂ ਐਮਰਜੈਂਸੀ ਡਿਊਟੀ ਪੈਂਦੀ ਹੈ ਕੋਈ, ਤਾਂ ਆਪਾਂ ਪਹਿਲ ਦੇਣੀ ਆ ਡਿਊਟੀ ਨੂੰ, ਠੀਕ ਹੈ? ਜੇ ਆਪਾਂ ਮੈਨੂੰ ਹੁਣ ਕਈ ਵਾਰ ਮੈਂ ਐਮਰਜੈਂਸੀ ਗਿਆ ਵੀ ਹਾਂ, ਮੈਂ ਦੇਖਿਆ ਵੀ ਰਾਹ ਯਾਰ ਕੋਈ ਕੁੱਤਾ ਬਿੱਲਾ ਜਾਂ ਜਾਨਵਰ ਮਰਿਆ ਪਿਆ, ਤਾਂ ਮੇਰੇ ਦੋਸਤ ਜਿਹੜੇ ਕੰਡਕਟਰ ਨੇ ਉਹਨਾਂ ਫੋਨ ਮਾਰ ਦੇਣਾ, ਜਾਂ ਜਿਵੇਂ ਹੁਣ ਲੋਕਾਂ ਨੂੰ ਪਤਾ ਨਹੀਂ ਇਹ 10-33 ਨੰਬਰ ਲਿਖਿਆ ਹੁੰਦਾ ਰੋਡ ਦੇ ਉੱਪਰ ਜਿੱਥੇ ਆਪਣੇ ਆਪਾਂ ਟੂਲ ਦਿੰਦੇ ਹਾਂ, ਤਾਂ ਉੱਥੇ ਉਹਨਾਂ ਦਾ ਫਰਜ਼ ਬਣਦਾ, ਤੁਸੀਂ ਉਹਨਾਂ ਫੋਨ ਕਰੋ, ਉਹ ਫ੍ਰੀ ਜਾ ਕੇ ਤੁਹਾਡੀ ਗਾਂ ਵੀ ਚੱਕਣਗੇ, ਤੁਹਾਡਾ ਕੁੱਤਾ ਵੀ ਚੱਕਣਗੇ। ਮਤਲਬ ਤੁਸੀਂ ਨਾਲ ਦੀ ਨਾਲ ਲੋਕਾਂ ਨੂੰ ਚੇਤਨਾ ਵੀ ਦੇ ਰਹੇ ਹੋ, ਇਕੱਲਾ ਇਹ ਨਹੀਂ ਵੀ ਆਪ ਹੀ ਕਰ ਰਹੇ ਹੋ? ਹਾਂ ਬਿਲਕੁਲ ਸਰ। ਹੁਣ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਨਾ ਪਿੰਡ ਕੋਲ ਕੋਈ ਬੰਦਾ ਕੁੱਤੀ ਬੰਨ ਗਿਆ, ਉਹਦੇ 6 ਕਤੂਰੇ ਸੀਗੇ। 6 ਕਤੂਰੇ ਕੁੱਤੀ ਦਾ ਮਤਲਬ ਕਿ ਵੀ ਇੰਨਾ ਬੁਰਾ, ਜੇ ਤੁਸੀਂ ਸੋਚਿਆ ਵੀ ਰੋਟੀ ਪਾਈ ਹੈ ਨਾ, ਕੁੱਤੀ ਐਂ ਪੈਂਦੀ ਸੀ ਵੀ ਵੱਢੂਗੇ, ਪਰ ਹੁਣ ਰੋਜ਼ ਦੁੱਧ ਪਾਉਂਦੇ ਹਾਂ, ਹੁਣ ਜੋ ਜਾਂਦੇ ਉਹਦੇ ਕੋਲ ਪਿਆਰ ਕਰਦੀ ਹੈ। ਤੁਸੀਂ ਦੇਖਿਓ ਤਾਂ 1-2 ਬੰਦੇ ਦੇ ਵਿੱਚ ਕਮੈਂਟ ਵੀ ਕੀਤੇ, ਬਾਈ ਵੀਡੀਓ ਬਣਾਉਣ ਦੇ ਮਾਰੇ ਤੁਸੀਂ ਦੁੱਧ ਪਾਉਂਦੇ ਕਰ ਦਿਓ। ਮੈਂ ਕੁੱਤੀ ਵਾਸਤੇ 1 ਕਿਲੋ ਦੁੱਧ ਮੁੱਲ ਲਾਇਆ ਡੈਰੀ 'ਚ, ਮੇਰੇ ਕੋਲ ਡੰਗਰ ਪਸ਼ੂ ਨੇਗਾ ਵੀ ਉਹ ਬੱਚਿਆਂ ਦੀ ਮਾਂ ਹੈ ਜਾਂ ਬੱਚੇ ਪਲ ਜਾਣ। ਮੈਂ ਅਕਸਰ ਡਿਊਟੀ 'ਤੇ ਜਾਂਦਾ ਤਾਂ ਡਿਊਟੀ ਜਾਣ ਤੋਂ ਮੈਂ ਪਹਿਲਾਂ 1 ਘੰਟਾ ਐਡਵਾਂਸ ਕਰਨ ਤੁਰਦਾ ਵੀ ਮੈਨੂੰ ਰਾਹ 'ਚ ਹੋ ਸਕਦਾ ਕਿਤੇ ਕੋਈ ਸੇਵਾ ਦਾ ਮੌਕਾ ਮਿਲ ਜਾਵੇ। ਅਤੇ ਲੋਕਾਂ ਨੂੰ ਕੋਈ ਮੈਸੇਜ ਤੁਸੀਂ ਦੇਣਾ ਚਾਹੋ? ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਜੀ, ਜੇਕਰ ਪਰਮਾਤਮਾ ਨੇ ਸਾਨੂੰ ਇਨਸਾਨ ਦੇ ਰੂਪ ਵਿੱਚ ਭੇਜਿਆ, ਤਾਂ ਇਨਸਾਨੀਅਤ ਨਾਲ ਤੇ ਕੰਮ ਕਰੋ, ਜਿੰਨੀ ਸੇਵਾ ਹੋ ਸਕਦੀ ਹੈ ਕਰੋ, ਕਿਉਂਕਿ ਲੋਕ ਜਦੋਂ ਤੁਸੀਂ ਦੁਨੀਆ ਤੋਂ ਜਾਵੋ ਤਾਂ ਲੋਕ ਖੜ ਕੇ ਕਹਿਣ ਵੀ ਯਾਰ ਫਲਾਣਾ ਬੰਦਾ ਵਧੀਆ ਕੰਮ ਕਰਦਾ ਸੀ, ਕਿਉਂਕਿ ਜੇ ਮਾੜਾ ਕਰੋਗੇ ਗਾਲਾਂ ਤਾਂ ਫਿਰ ਵੀ ਪੈਣੀਆਂ ਨੇ, ਇਸ ਕਰਕੇ ਚੰਗਾ ਕਰਕੇ ਜਾਓ।